ਅਕਾਲ ਜੀ ਮੈਂ ਤੁਹਾਡੀ ਆਪਣੀ ਸਤਿੰਦਰ ਕੌਰ ਕਾਫੀ ਦਿਨਾਂ ਬਾਅਦ ਅੱਜ ਅਸੀਂ ਲਾਈਵ ਹੋਏ ਹਾਂ ਜੀ ਕਿਉਂਕਿ ਐਕਚੁਅਲੀ ਕੀ ਸੀ ਜੀ ਕੰਮ ਕਾਰ ਕਾਫੀ ਸੀਗੇ ਇੱਕ ਸਾਡੇ ਇੱਥੇ ਬਾਬਾ ਜੀ ਦੀ ਬਰਸੀ ਸੀ ਜੀ ਉਹਦੇ ਕਰਕੇ ਅਸੀਂ ਥੋੜ੍ਹਾ ਜਿਹਾ ਬਿਜ਼ੀ ਸੀਗੇ ਜੀ ਅਤੇ ਤਾਂ ਕਰਕੇ ਜੀ ਅਸੀਂ ਵੀਡੀਓ ਨਹੀਂ ਬਣਾ ਸਕੇ ਅੱਜ ਅਸੀਂ ਤੁਹਾਨੂੰ ਨਵੇਂ ਵੈਲਵਟ ਦੇ ਸੋਹਣੇ ਸੋਹਣੇ ਸੂਟ ਦਿਖਾਉਣ ਜਾ ਰਹੇ ਹਾਂ ਆ ਜਾਓ ਆਪਾਂ ਦੇਖੀਏ ਨਵੇਂ ਨਵੇਂ ਵੈਲਵਟ ਦੇ ਸੂਟ ਜਿਹੜੇ ਕਿ ਬੜੇ ਹੀ ਪਿਆਰੇ ਬਣੇ ਹੋਏ ਆ ਜੀ ਹੈਂਡ ਵਰਕ ਨਾਲ ਪਿਓਰ ਵੈਲਵਟ ਦਾ ਸੂਟ ਹੈ ਜੀ ਸ਼ਲੀਨ ਦੇ ਉੱਪਰ ਵੀ ਬਣ ਜਾਂਦੇ ਜੀ ਸ਼ਲੀਨ ਅਤੇ ਵੈਲਵਟ ਦੇ ਉੱਪਰ ਇਹਨਾਂ ਨੂੰ ਰੈਡੀ ਕਰਵਾ ਸਕਦੇ ਹੋ ਜੀ ਅਤੇ ਜੀ ਇਹ ਬੜਾ ਪਿਆਰਾ ਸੂਟ ਬਣਿਆ ਜੀ ਪੀਕੌਕ ਜਿਹਾ ਸ਼ੇਡ ਹੈ ਜੀ ਇਹ ਕਲਰ ਪੀਕੌਕ ਹੈ ਜੀ ਇਹਦਾ ਅਤੇ ਦੇਖੋ ਜੀ ਇਹ ਸੀਰਮ ਲਾ ਕੇ ਬਣਾਇਆ ਗਿਆ ਜੀ ਇਹਦੇ ਨੀਚੇ ਇਹ ਅੱਜ ਕੱਲ੍ਹ ਜਿਹੜੀ ਚੌੜੀ ਪੱਟੀ ਲੱਗ ਕੇ ਬਣਦੇ ਆ ਜੀ ਉਸ ਤਰੀਕੇ ਨਾਲ ਅਸੀਂ ਇਹਨੂੰ ਸਟਿਚ ਕੀਤਾ ਜੀ ਕਿਉਂਕਿ ਇਹ ਪੱਟੀ ਦਾ ਬਹੁਤ ਜ਼ਿਆਦਾ ਟ੍ਰੈਂਡ ਹੈ ਜੀ ਇਹ ਨੀਚੇ ਗੁੰਮ ਪੱਟੀ ਆਉਂਦੀ ਹੈ ਜੀ ਇਹਨੂੰ ਕਹਿੰਦੇ ਆ ਆਪਾਂ ਹਾਂਜੀ ਅਤੇ ਜੇ ਉੱਪਰ ਜੀ ਇਹ ਹੈਂਡ ਵਰਕ ਹੋਇਆ ਹੋਇਆ ਓਪਨ ਇਹਦੇ ਵਿੱਚ ਆਪਾਂ ਨੇ ਹਲਕੇ ਹਲਕੇ ਡੋਟ ਵੀ ਲਗਾਏ ਆ ਜੀ ਹੈਂਡ ਵਰਕ ਨਾਲ ਇਹ ਬਹੁਤ ਛੋਟੇ ਛੋਟੇ ਡੋਟ ਨੇ ਜੀ ਅਤੇ ਹੈਂਡ ਵਰਕ ਦੀ ਆ ਦੇਖੋ ਜੀ ਕੱਟ ਨਾਲ ਇਹਦੇ ਫੁੱਲ ਪੱਟੀ ਬਣੀ ਹੋਈ ਹੈ ਜੀ ਇਸ ਤਰੀਕੇ ਨਾਲ ਅਤੇ ਸੂਟ ਵੀ ਬੜਾ ਸੋਹਣਾ ਤਰੀਕੇ ਨਾਲ ਤਿਆਰ ਹੋਇਆ ਵਾ ਜੀ ਇਹ ਜਿਹੜੀ ਓਪਨ ਪਾਈਪਿੰਗ ਹੈ ਜੀ ਇਹ ਲਗਾਈ ਹੋਈ ਹੈ ਜੀ ਆਪਾਂ ਨੇ ਅਤੇ ਜੀ ਇਸ ਤਰ੍ਹਾਂ ਤੁਸੀਂ ਸਾਡੇ ਤੋਂ ਸੂਟ ਰੈਡੀ ਕਰਵਾ ਸਕਦੇ ਹੋ ਅਤੇ ਸਾਡੀ ਵੀਡੀਓ ਨੂੰ ਜ਼ਰੂਰ ਤੁਸੀਂ ਚੱਲਦੇ ਚੱਲਦੇ ਸ਼ੇਅਰ ਕਰਦੇ ਕਰੋ ਜੀ ਕਿਉਂਕਿ ਸਾਨੂੰ ਵੀ ਇੱਕ ਹੌਸਲਾ ਹੋ ਜਾਂਦਾ ਤੁਹਾਡੇ ਇੱਕ ਸ਼ੇਅਰ ਮਿਲਣਾ ਅਤੇ ਸਬਸਕ੍ਰਾਈਬ ਕਰਨ ਨਾਲ ਸਾਨੂੰ ਹੌਸਲਾ ਵੱਧ ਜਾਂਦਾ ਜੀ ਸਾਡਾ ਕਿਉਂਕਿ ਫਿਰ ਵੀਡੀਓ ਬਣਾਉਣ ਨੂੰ ਦਿਲ ਕਰਦਾ ਜੀ ਜਦੋਂ ਤੁਸੀਂ ਸਾਨੂੰ ਰਿਸਪੋਂਸ ਦਿੰਦੇ ਹੋ ਥੈਂਕ ਯੂ ਸੋ ਮੱਚ ਸਾਨੂੰ ਇੰਨਾ ਪਿਆਰ ਦੇਣ ਜੀ ਅਤੇ ਜੀ ਮੈਂ ਤੁਹਾਨੂੰ ਨੈਕਸਟ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੀ ਬੋਟਲ ਗ੍ਰੀਨ ਦਾ ਸੂਟ ਹੈ ਜੀ ਬੋਟਲ ਗ੍ਰੀਨ ਕਲਰ ਦਾ ਸੂਟ ਹੈ ਜੀ ਜਿਹੜਾ ਕਿ ਸ਼ਲੀਨ ਦੇ ਉੱਪਰ ਬਣਿਆ ਹੋਇਆ ਜੀ ਇਹਦਾ ਹੈਂਡ ਵਰਕ ਦਾ ਕੰਮ ਹੈ ਜੀ ਦੇਖੋ ਨੈਕ ਦਾ ਡਿਜ਼ਾਈਨ ਵੀ ਬੜਾ ਪਿਆਰਾ ਬਣਿਆ ਜੀ ਜਿਹੜੀਆਂ ਇਹਦੀਆਂ ਸਲੀਵਸ ਨੇ ਬਹੁਤ ਹੈਵੀ ਬਣੀਆਂ ਹੋਈਆਂ ਨੇ ਸਲੀਵਸ ਵੀ ਇਹ ਵਾਲਾ ਡਿਜ਼ਾਈਨ ਹੈ ਜੀ ਇਹ ਫੋਟੋ ਵਾਲਾ ਪੀਸ ਹੈ ਜੀ ਜਿਹਨੂੰ ਤੁਸੀਂ ਦੇਖ ਰਹੇ ਹੋਵੋਗੇ ਦੇਖੋ ਜੀ ਇਸ ਤਰ੍ਹਾਂ ਬਾਜੂ ਘੇਰਾ ਸਲੀਵ ਸਲਵਾਰ ਵੀ ਇਸੇ ਤਰੀਕੇ ਬਣੀ ਹੈ ਜੀ ਅਤੇ ਇਹਦੀਆਂ ਸਲੀਵਸ ਵੀ ਇਸ ਤਰ੍ਹਾਂ ਹੀ ਬਣੀਆਂ ਨੇ ਅਤੇ ਗਲਾ ਵੀ ਇਹ ਜੀ ਫੋਟੋ ਵਾਲਾ ਪੀਸ ਹੈ ਜੀ ਦੇਖੋ ਤੁਹਾਨੂੰ ਦਿਖਾਉਣੇ ਆ ਇਹ ਰੈਡੀ ਕੀਤਾ ਜੀ ਆਪਾਂ ਨੇ ਸੇਮ ਪੀਸ ਪੂਰੀ ਫੋਟੋ ਤੁਹਾਨੂੰ ਦਿਖਾਵਾਂਗੇ ਹੁਣ ਤੁਹਾਨੂੰ ਇਹ ਫੋਟੋ ਵਾਲਾ ਪੀਸ ਜੀ ਜਿਹੜਾ ਬਿਲਕੁਲ ਸੇਮ ਡਿਕਟੋ ਰੈਡੀ ਹੋਇਆ ਜੀ ਸੇਮ ਟੂ ਸੇਮ ਇਹੀ ਵਾਲਾ ਪੀਸ ਹੈ ਜੀ ਜਿਹੜਾ ਤੁਹਾਨੂੰ ਦਿਖਾਉਣ ਜਾ ਰਹੇ ਹੁਣ ਹਾਂਜੀ ਇਹ ਦੇਖੋ ਜੀ ਇਹਦੀ ਸਲਵਾਰ ਵੀ ਇਸ ਤਰ੍ਹਾਂ ਹੀ ਰੈਡੀ ਹੋਈ ਹੈ ਜੀ ਜਿਸ ਤਰੀਕੇ ਨਾਲ ਉਹ ਫੋਟੋ 'ਤੇ ਹੁੰਦੀ ਹੈ ਇਹਦਾ ਦੁਪੱਟਾ ਵੀ ਉਸੇ ਤਰੀਕੇ ਦਾ ਉਹ ਪਿੰਕ ਜਿਹਾ ਕਲਰ ਹੈ ਜੀ ਜਿਹੜਾ ਜੀ ਦੁਪੱਟੇ ਦਾ ਇਹਦੇ ਉੱਪਰ ਅਸੀਂ ਇੱਕ ਓਪਨ ਪਾਈਪਿੰਗ ਵੀ ਲਗਾਈ ਹੈ ਜੀ ਆਹ ਦੇਖੋ ਤੁਸੀਂ ਇਸ ਤਰੀਕੇ ਨਾਲ ਓਪਨ ਪਾਈਪਿੰਗ ਲਾਈ ਹੋਈ ਹੈ ਜੀ ਇਹਦੇ ਪਾਈਪਿੰਗ ਬਿਲਕੁਲ ਘੱਟ ਦਿਖ ਰਹੀ ਹੈ ਜੀ ਅਤੇ ਇਹਦੀ ਜਿਹੜੀ ਪੱਟੀ ਹੈ ਜੀ ਉਹ ਅੰਦਰ ਰਹਿ ਜਾਂਦੀ ਹੈ ਅਤੇ ਉੱਪਰੋਂ ਸਿਰਫ ਇਹ ਪਾਈਪਿੰਗ ਦਿਖ ਰਹੀ ਹੈ ਇਸ ਤਰੀਕੇ ਨਾਲ ਦੇਖੋ ਜੀ ਇਹ ਪਾਈਪਿੰਗ ਹੈ ਜੀ ਅਤੇ ਇਹਦੇ ਸਲੀਵਸ ਦੇ ਉੱਪਰ ਵੀ ਬਹੁਤ ਹੈਵੀ ਵਰਕ ਹੈ ਜੀ ਐਂਡ ਨੈਕ ਦੇ ਉੱਪਰ ਵੀ ਇਹ ਸਾਰਾ ਹੱਥ ਦਾ ਕੰਮ ਹੈ ਜੀ ਹੱਥਦਾਨੀ ਨਾਲ ਬਣਿਆ ਹੋਇਆ ਜੀ ਬਹੁਤ ਪਿਆਰੀ ਲੁੱਕ ਹੈ ਜੀ ਸੂਟ ਦੀ ਜੇ ਤੁਸੀਂ ਇੱਦਾਂ ਦੇ ਸੂਟ ਬਣਵਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਕੰਟੈਕਟ ਕਰੋ ਅਤੇ ਅਸੀਂ ਤੁਹਾਨੂੰ ਬਣਾ ਕੇ ਜ਼ਰੂਰ ਦੇਵਾਂਗੇ ਜੀ ਉਸੀ ਕਲਰ ਦਾ ਸੂਟ ਦਿਖਾਉਣ ਜਾ ਰਹੇ ਹਾਂ ਜੀ ਜਿਹੜਾ ਕਿ ਮੋਤੀਆਂ ਦੇ ਨਾਲ ਮੋਤੀ ਅਤੇ ਆਪਣਾ ਸਿੱਪੀ ਦਾ ਵਰਕ ਹੋਇਆ ਹੋਇਆ ਜੀ ਇਹਦੇ ਉੱਪਰ ਸਾਰਾ ਮੋਤੀ ਸਿੱਪੀ ਦਾ ਵਰਕ ਹੋਇਆ ਵਿੱਚ ਪੈਚ ਦਾ ਕੰਮ ਹੈ ਜੀ ਪੈਚ ਵਰਕ ਲੱਗਿਆ ਹੋਇਆ ਜੀ ਇਹਦੇ ਵਿੱਚ ਅਤੇ ਦੁਪੱਟਾ ਵੀ ਇਹਦਾ ਪੈਚ ਨਾਲ ਹੀ ਉਹ ਰੈਡੀ ਕੀਤਾ ਹੋਇਆ ਜੀ ਇਹ ਵੀ ਫੋਟੋ ਵਾਲੀ ਪੀਸ ਹੈ ਜੀ ਤੁਹਾਨੂੰ ਦਿਖਾਉਂਦੇ ਹਾਂ ਇਹ ਵਾਲੀ ਫੋਟੋ ਹੈ ਜੀ ਅਤੇ ਇਹ ਫੋਟੋ ਨੂੰ ਅਸੀਂ ਨੇ ਸੇਮ ਰੈਡੀ ਕੀਤਾ ਸੀ ਸੇਮ ਕਲਰ ਦੇ ਉੱਪਰ ਇਹ ਫੋਟੋ ਵਾਲਾ ਪੀਸ ਹੈ ਜੀ ਦੇਖੋ ਤੁਸੀਂ ਇਹਨੂੰ ਜ਼ੂਮ ਕਰਕੇ ਦਿਖਾਉਂਦੇ ਹਾਂ ਇਸ ਤਰੀਕੇ ਨਾਲ ਬਣੀ ਹੋਈ ਫੋਟੋ ਹੈ ਜੀ ਦੇਖੋ ਸੇਮ ਸੂਟ ਰੈਡੀ ਕੀਤਾ ਜੀ ਇਹ ਫੋਟੋ ਹੈ ਜੀ ਇਹ ਸੂਟ ਸੇਮ ਸੂਟ ਰੈਡੀ ਹੋਇਆ ਜੀ ਇਹਦਾ ਉਹ ਹੈ ਜੀ ਸਲਵਾਰ ਹੈ ਜੀ ਸਟ੍ਰੇਟ ਬਿਲਕੁਲ ਅਤੇ ਜੀ ਇਹਦਾ ਉਹ ਹੈ ਜੀ ਸ਼ਰਟ ਹੈ ਜੀ ਅਤੇ ਇਹਦੀ ਦੇਖੋ ਜੀ ਵਰਕ ਇਹਦਾ ਇੱਥੇ ਤੱਕ ਹੀ ਹੈ ਜੀ ਜਿੱਦਾਂ ਇਹ ਫੋਟੋ ਦੇ ਵਿੱਚ ਹੀ ਬਣਿਆ ਹੋਇਆ ਸੇਮ ਸੇਮ ਓਪਨ ਪਾਈਪਿੰਗ ਲਾਈ ਹੋਈ ਹੈ ਜੀ ਜਿੱਦਾਂ ਲੱਗੀ ਹੋਈ ਹੈ ਜੀ ਇਹਦੇ ਵਿੱਚ ਹਲਕੀ ਹਲਕੀ ਅਸੀਂ ਉਸੇ ਤਰੀਕੇ ਨਾਲ ਜੀ ਓਪਨ ਪਾਈਪਿੰਗ ਲਾਈਏ ਜੀ ਅਤੇ ਜੀ ਇਹ ਅਸੀਂ ਫੋਟੋ ਤੋਂ ਹੀ ਪੀਸ ਸਾਰੇ ਰੈਡੀ ਕਰ ਦੇਣ ਜੀ ਜੇ ਤੁਸੀਂ ਕਿਸੇ ਨੂੰ ਵੀ ਫੋਟੋ ਨੂੰ ਸਾਨੂੰ ਭੇਜੋਗੇ ਜੀ ਤਾਂ ਅਸੀਂ ਤੁਹਾਨੂੰ ਸੇਮ ਉਸ ਤਰ੍ਹਾਂ ਹੀ ਸੂਟ ਰੈਡੀ ਕਰਕੇ ਦੇਵਾਂਗੇ ਜੀ ਫੋਟੋ ਦੇ ਅਕੋਰਡਿੰਗ ਹੀ ਅਸੀਂ ਸੂਟ ਬਣਾ ਕੇ ਦੇਵਾਂਗੇ ਤੁਸੀਂ ਸੇਮ ਸਾਡੇ ਤੋਂ ਸੂਟ ਰੈਡੀ ਕਰਵਾ ਸਕਦੇ ਹੋ ਜੀ ਫੋਟੋ ਦੇ ਅਕੋਰਡਿੰਗ
ਜਿਹੜੇ ਕਿ ਬੜੇ ਵਧੀਆ ਤਰੀਕੇ ਨਾਲ ਬਣੇ ਹੋਏ ਜੀ। ਸੇਮ ਕਲਰ ਸੇਮ ਇਹਦੇ ਉੱਪਰ ਪੈਚ ਦਾ ਕੰਮ ਹੋਇਆ ਅਤੇ ਪੈਚ ਨਾਲ ਉਹਦੀ ਦੁਪੱਟਾ ਜੀ। ਅਤੇ ਤੁਸੀਂ ਦੇਖ ਸਕਦੇ ਹੋ ਇੱਦਾਂ ਦੇ ਸੂਟ ਕੰਟੈਕਟ ਰੈਡੀ ਕਰਵਾਉਣ ਲਈ ਸਾਡੇ ਨਾਲ ਸਾਡਾ ਕੰਟੈਕਟ ਨੰਬਰ ਹੈ ਜੀ 9988547 ਜੀ। ਅਤੇ ਜੀ ਫਤਿਹ ਬੁਟੀਕ ਬੜਰੁੱਖਾਂ ਦੇ ਨਾਮ 'ਤੇ ਸਾਡੇ ਆ ਫੇਸ ਬਣਿਆ ਵਾ ਜੀ, ਇੰਸਟਾਗ੍ਰਾਮ 'ਤੇ ਵੀ ਹੈ ਜੀ, ਉੱਥੇ ਉਹਨੂੰ ਵੀ ਤੁਸੀਂ ਲਾਈਕ ਅਤੇ ਫੋਲੋ ਕਰੋ ਜੀ। ਅਤੇ ਜੀ ਸਾਡੀ ਵੀਡੀਓ ਨੂੰ ਚੱਲਦੇ ਚੱਲਦੇ ਜ਼ਰੂਰ ਸ਼ੇਅਰ ਕਰਦਿਆ ਕਰੋ ਅਤੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਦਿਆ ਕਰੋ ਜੀ। ਅੱਜ ਤੁਹਾਨੂੰ ਵੈਲਵਟ ਦੇ ਸੂਟ ਦਿਖਾਇਆ ਜੀ ਅਸੀਂ ਨੇ ਸ਼ਲੀਨ ਦੇ, ਜਿਹੜੇ ਕਿ ਬੜੇ ਹੀ ਵਧੀਆ ਤਰੀਕੇ ਨਾਲ ਬਣੇ ਜੀ। ਮੈਂ ਤੁਹਾਡਾ ਬਹੁਤ ਬਹੁਤ ਥੈਂਕਸ ਕਰਦੀ ਹਾਂ ਜੀ, ਧੰਨਵਾਦ, ਤੁਸੀਂ ਸਾਡੀ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੰਦੇ ਜੀ। ਅਤੇ ਜੀ ਇਸ ਤਰ੍ਹਾਂ ਹੀ ਤੁਸੀਂ ਸਾਡੇ ਤੋਂ ਹੋਰ ਵੀ ਸੂਟ ਰੈਡੀ ਕਰਵਾਓਗੇ ਤਾਂ ਅਸੀਂ ਤੁਹਾਨੂੰ ਜ਼ਰੂਰ ਬਣਾ ਕੇ ਦੇਵਾਂਗੇ, ਸਾਡੇ ਨਾਲ ਤੁਸੀਂ ਕੰਟੈਕਟ ਕਰਿਆ ਕਰੋ ਜੀ। ਅਤੇ ਜੀ ਵੈਲਵਟ ਦੇ ਸ਼ਲੀਨ ਦੇ ਕਰੇਟ 'ਤੇ ਜੋ ਵੀ ਫੈਬਰਿਕ ਤੁਹਾਨੂੰ ਚਾਹੀਦਾ ਅਸੀਂ ਉਸ ਤਰੀਕੇ ਨਾਲ ਹੀ ਇਸ ਡਿਜ਼ਾਇਨ ਨੂੰ ਹਰ ਇੱਕ ਫੈਬਰਿਕ ਦੇ ਉੱਪਰ ਹੀ ਡਿਜ਼ਾਇਨ ਕਰ ਦੇਵਾਂਗੇ। ਇਹ ਤਾਂ ਅਸੀਂ ਸੇਮ ਹੀ ਫੋਟੋ ਦੇ ਅਕੋਰਡਿੰਗ ਹੀ ਕੀਤਾ, ਤੁਸੀਂ ਚੇਂਜ ਵੀ ਕਰ ਸਕਦੇ ਹੋ ਜੇ ਤੁਸੀਂ ਆਪਣੇ ਅਕੋਰਡਿੰਗ ਇਹਨੂੰ ਚੇਂਜ ਕਰਨਾ ਚਾਹੁੰਦੇ ਹੋ। ਠੀਕ ਹੈ ਜੀ, ਥੈਂਕ ਯੂ ਸੋ ਮੱਚ।